ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਸ਼ਹਿਰ ਵਾਸੀਆਂ ਨੂੰ ਅਤੇ ਪੰਜਾਬ ਵਾਸੀਆਂ ਨੂੰ, ਇੰਡੀਆ ਵਾਸੀਆਂ ਨੂੰ, ਦੇਸ਼ ਵਿਦੇਸ਼ ਵਿੱਚ ਬੈਠੀ ਸਾਰੀ ਸੰਗਤ ਨੂੰ ਸਾਡੇ ਵੱਲੋਂ ਬਹੁਤ ਜ਼ਿਆਦਾ ਦੀਵਾਲੀ ਦੀਆਂ, ਬੰਦੀ ਛੋੜ ਦੀਆਂ ਅਤੇ 5.5 ਸਾਲਾਂ ਜੋ ਅਸੀਂ ਆਪਣੇ ਦੇਸ਼ ਦੇ ਵਿੱਚ ਮਨਾਇਆ ਜਾ ਰਿਹਾ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੇ ਉੱਪਰ ਪਵਿੱਤਰ ਦਿਹਾੜੇ 'ਤੇ, ਅਸੀਂ ਉਹਨਾਂ ਨੂੰ ਸਾਰੇ ਦੇਸ਼ ਵਿਦੇਸ਼ ਵਿੱਚ ਬੈਠੀ ਸੰਗਤ ਨੂੰ ਅਸੀਂ ਬਹੁਤ ਮੁਬਾਰਕਬਾਦ ਦਿੰਦੇ ਹਾਂ। ਅਤੇ ਅਸੀਂ ਇਹ ਜਿਹੜੇ ਪਵਿੱਤਰ ਤਿਉਹਾਰ ਆ, ਇਹਨਾਂ ਤੋਂ ਸਾਨੂੰ ਬਹੁਤ ਜ਼ਿੰਦਗੀ ਦੀ ਦਿਸ਼ਾ ਨਿਰਦੇਸ਼ ਮਿਲਦੀ ਆ, ਸਾਨੂੰ ਚੰਗੇ ਕੰਮ ਕਰਨ ਵਾਸਤੇ ਉਪਰੇਰਿਤ ਹੋਣ ਦੀ ਲੋੜ ਪੈਂਦੀ ਹੈ। ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਹਨਾਂ ਦੀ ਦਿਸ਼ਾ ਨਿਰਦੇਸ਼ਾਂ ਨੂੰ ਅਪਣਾਈਏ ਅਤੇ ਆਪਣੇ ਦੇਸ਼ ਦੇ ਵਿੱਚ ਖੁਸ਼ਹਾਲੀ ਨੂੰ ਲੈ ਕੇ ਆਈਏ, ਅਤੇ ਤਾਂ ਕਿ ਜੋ ਸਾਡੇ ਦੇਸ਼ ਦੀ ਸਾਰੀ ਜਨਤਾ ਖੁਸ਼ਹਾਲ ਜੀਵਨ ਬਤੀਤ ਕਰ ਸਕੇ। ਅਸੀਂ ਸਾਰਿਆਂ ਦੇ ਚਿਹਰਿਆਂ ਨੂੰ ਹੱਸਦੇ ਖੇਡਦੇ ਦੇਖਣਾ ਚਾਹਵਾਂਗੇ। ਅਤੇ ਅਸੀਂ ਇਹ ਮੰਗ ਕਰਦੇ ਹਾਂ ਕਿ ਇਹ ਦੀਵਾਲੀ ਅਸੀਂ ਬੰਦੀ ਛੋੜ ਦਿਵਸ 5.5 ਸਾਲਾਂ ਜੋ ਮਨਾ ਜਾ ਰਹੇ ਹਾਂ, ਅਸੀਂ ਇਹਨਾਂ ਨੂੰ ਪੋਲਿਊਸ਼ਨ ਰਹਿਤ ਮਨਾਈਏ। ਇਹ ਸਾਡੀ ਐਡਮਿਨਿਸਟ੍ਰੇਸ਼ਨ ਵੱਲੋਂ, ਪੁਲਿਸ ਅਫਸਰਾਂ ਵੱਲੋਂ, ਤਹਿਸੀਲਦਾਰ ਸਾਹਿਬ, SDM ਸਾਹਿਬ, DC ਸਾਹਿਬ ਵੱਲੋਂ ਸਾਰਿਆਂ ਨੂੰ ਸਾਡੀ ਬੇਨਤੀ ਹੈ ਕਿ ਪੋਲਿਊਸ਼ਨ ਰਹਿਤ ਅਸੀਂ ਆਪਣਾ ਦੀਵਾਲੀ ਨੂੰ ਮਨਾਈਏ, ਤਾਂ ਜੋ ਅਸੀਂ ਆਪਣੇ ਬੱਚਿਆਂ ਨੂੰ ਇੱਕ ਵਧੀਆ ਵਾਤਾਵਰਣ ਦੇ ਸਕੀਏ। ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ, ਧੰਨਵਾਦ, ਹੈਪੀ ਦੀਵਾਲੀ, ਥੈਂਕ ਯੂ।